ਅਸਲਾਮ ਵਾਲੇਕੁਮ ਮੈਂ ਆ ਜ਼ਫਰ ਸਿਆਲ ਤੁਸਾ ਚੈਨਲ ਦੇ ਤੇ ਜ਼ਫਰ ਵਲੌਗ 24 ਵੀਡੀਓ ਸ਼ੁਰੂ ਕਰਨ ਪਹਿਲੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਨਾ ਉਹ ਬਾਰੇ ਸ਼ੁਕਰ ਹੈ ਨੇ ਵੀਡੀਓ ਅੱਛਾ ਯਾਰ ਦੁਆ ਕਰੋ ਅੱਲਾ ਪਾਕ بارش ਦੇ ਦੇਵੇ بارش ਤੋਂ ਰੋਕ ਮੈਂ ਨਹੀਂ ਖਾਵਾਂ بارش ਦੀ وجہ ਵੈਸੇ ਬੱਦਲ ਬੜੇ ਵਧਨ ਠੀਕ ਹੈ ਬੱਦਲ ਬੜੇ ਵਧਨ ਅੱਲਾ ਪਾਕ بارش ਦੇ ਦੇਵੇ ਹਾਲਾਤ ਇਹ ਬੜੇ ਪਨੇ ਦੇ ਦੇ ਪਵੇ ਇਹ ਕਿੰਨੂ ਦਾ ਬੋਟਾ ਹੈ ਇਹ ਇਹਨੇ ਸਮਝੋ ਕਿ ਕਿੰਨੂ ਦਾ ਬੋਟਾ ਹੈ ਬਿਲਕੁਲ ਇਹ ਸੁੱਕਦਾ ਵੰਦਾ ਸਿਰਫ ਕਿ ਪਾਣੀ ਦੀ ਵਜ੍ਹਾ ਹੈ ਪਾਣੀ ਇਹ ਤੱਲੇ ਦੇਖੋ ਜੱਗਾ ਇਉਂ ਪਤਲਕਦੇ ਪਾਣੀ ਕੋ ਮਹੀਨਾ ਦੂ ਥੀ ਗੇਨ ਲੱਗਿਆ ਕਿ ਇਹਨੇ ਕੋ ਹਫਤਾ ਡੇਢ ਪਾਣੀ ਨਾ ਲੱਗੇ ਤੇ ਇਹਨੇ ਦੀ ਹਾਲਤ ਇਹ ਥੀ ਵੰਦੀ ਹੈ ਡੀਜ਼ਲ ਦੇ ਹਾਲਾਤ ਦਾ ਤੁਹ ਪਤਾ ਡੀਜ਼ਲ ਕਿਤਨਾ ਮਹਿੰਗਾ ਥੀ ਗੇ ਹੁਣ ਇਹਨੇ ਕਿੰਨੂ ਪਾਣੀ ਲਾਉਣ ਵਾਸਤੇ ਓੜਿਓ ਪਰ ਉਹ ਬੋਟੇ ਜਿੰਨਾ ਹੀ ਅਨਸਾਰ ਉਹਨੇ ਦੀ ਹਾਲਾਤ ਇਹੋ ਥੀ ਅਗੜੇ ਬਿਲਕੁਲ ਇਹਨੇ ਕਿਆ ਵੱਡਾ ਥੀ ਵੰਦਾ ਕੋਈ ਚਾਸੇ ਕਹ ਨਹੀਂ ਬਿਲਕੁਲ ਇਹ ਸਮਝੋਗੇ ਨਕਾਮ ਇਹ ਗਾਰੇ ਕੋ ਪਾਣੀ ਡੋਤ ਰਹੀ ਨਹੀਂ ਲੱਗਦਾ ਹੈ ਖਤਮ ਥੀ ਵਸ ਨੇ ਬਿਲਕੁਲ ਮੁੰਡੂ ਇਹਨ ਸੁੱਕਣ ਦਾ ਵੀ ਖਤਰਾ ਹੈ ਮੁੰਡੂ ਬਿਲਕੁਲ ਸੋਕੀ ਵੰਜ ਨਹੀਂ ਨਾ ਕੋਈ ਪਤਾ ਕਹ ਨਹੀਂ ਸੋਕੀ ਵੰਜ ਜੇ ਅਗਰ ਇਹਨ ਕੋ ਹਫਤਾ ਵੀ ਪਾਣੀ ਨਹੀਂ ਲੱਗਦਾ ਬਾਕੀ ਇਹਨ ਦਾ ਇਹ ਫਲ ਕਾਮਯਾਬ ਕਹ ਨਹੀਂ ਇਹਨ ਕੋਈ ਹਾਲ ਕਹ ਨਹੀਂ ਇਹ ਫਲ ਦਾ ਇਹ ਬਿਲਕੁਲ ਖਤਮ ਠੀਕ ਹੈ ਇਸ ਨੇ ਦੇ ਪੇ ਇਹ ਕੋਈ ਹਾਲਾਤ ਗਿਆ ਨਹੀਂ ਫਲਦਾ ਤੇ ਇੰਨੀ ਤਰੀਕੇ ਨਾਲ ਅੱਲਾਪਾਗ ਬਾਰਿਸ਼ ਦੇ ਦੇਵੇ ਬਿਲਕੁਲ ਹਾਲਾਤ ਡਾਊਨ ਹਨ ਜੱਟੇ ਦੇ ਹਰ ਬੰਦਾ ਪਰੇਸ਼ਾਨ ਹੈ ਇਹ ਮੈਂ ਤਿੱਲੀ ਰਹੀ ਆਂ ਤਿੱਲੀ ਅੱਲਾਪਾਗ ਰੰਗ ਲੈ ਤਿੱਲੀ ਦੀ ਪੋਜੀਸ਼ਨ ਤੁਸੀਂ ਖੁਦ ਹੀ ਦੇਖ ਸਕਦੇ ਹੋ ਇਹ ਉਹ ਤੋੜ ਤੱਕ ਵੰਦੀ ਹੈ ਇਹ ਤਿੱਲੀ ਰਹੀ ਆਂ ਮੇਰੀ ਤਿੱਲੀ ਅੱਲਾਪਾਗ ਖੈਰ ਕੀਤਾ ਸਹੀ ਸੋਣੀ ਥਈ ਪਈ ਹੈ ਇਹ ਫਲ ਉੱਤੇ ਹਾਲੀ ਚਿੰਦੀ ਵੰਦੀ ਹੈ ਤਲੂ ਸਟਾਰਟ ਕੋਲੋਈ ਫੱਲੇ ਇਹ ਸਹੀ ਥੀ ਅਗੜੇ ਇਹ ਸਾਰੇ ਬੂਟੇ ਸਮਝੋ ਕੇ ਇਹ ਮੈਂ ਸੋਨੇ ਬੂਟੇ ਥੇ ਫੇਨ ਅੱਲਾਹ ਪਾਕ ਸਹੀ ਰੰਗ ਲਾਵੇ ਬਰਾਲ ਖਰਚਾ ਹੀ ਬਹੁਤ ਕੀਤਾ ਥਿੱਲੇ ਦੁੱਤੇ ਬਹੁਤ ਜ਼ਿਆਦਾ ਖਰਚਾ ਕੀਤਾ ਪਰ ਇਹ ਕਿ ਅੱਲਾਹ ਪਾਕ ਬਰਕਤ ਬਾਵੇ ਦੇ ਚ ਖਰਚੇ ਨਿਕਲ ਆਵਣ ਤੇ ਬਾਕੀ ਉਸ ਸਹੀ ਆ ਮੈਨੂੰ ਦੁਆ ਕਰੋ ਯਾਰ ਤੇ ਇਹਨੋ ਤੇ ਖਰਚਾ ਡੀਜ਼ਲ ਦੇ ਹਾਲਾਤ ਦਾ ਤੁਹਕ ਪਤਾ ਕਿਤਨਾ ਡੀਜ਼ਲ ਮਹਿੰਗਾ ਹੈ ਇਹ ਕੋ ਪਾਣੀ ਲਾਉਣ ਵਾਸਤੇ ਉਦੋਂ ਬਾਅਦ ਖਾਦਾਂ ਪਾ ਸਪਰੇਆ ਕਰ ਇਹ ਖਾਦਾਂ ਸਪਰੇਆ ਪਾਣੀ ਲਾ ਲਾ ਕੇ ਇਥੋਂ ਤੋੜੀ ਆ ਪਹੁੰਚੀ ਐ ਤੇਲੀ ਮੇਰੀ ਹਯਾ ਮੈਂ ਵੀਡੀਓ ਬਣਾਣਾ ਵਦਾਮ ਮੇ ਕੋਈ ਇੱਕ ਪੱਕੀ ਅੰਬਲੀ ਨਹੀਂ ਜ਼ਰ ਪਈ ਐ ਤੇ ਇਹ ਕੋ ਮੈਂ ਪਟੇਸਾ ਲਾਜ਼ਮੀ ਉਤੋਂ ਪਟ ਕੇ ਡ੍ਰਿੰਕ ਖਾਉਣ ਦਾ ਮਜ਼ਾ ਹੋਰ ਹੁੰਦਾ ਐ ਇਹ ਅੰਬਲੀ ਪੱਕੀ ਅੰਬਲੀ ਵੈ ਠੀਕ ਐ ਸਾਰਾ ਇਤਨਾ ਤਜਰਬਾ ਤੇ ਆਖੜਾ ਐ ਇਹ ਇਹ ਖੜੀ ਹੈ ਇਹ ਕੱਚੀ ਅੰਬਲੀ ਹੈ ਤੇ ਇਹ ਜਿਹੜੀ ਖੜੀ ਹੈ ਉੱਤੇ ਇਹ ਪੱਕੀ ਅੰਬਲੀ ਹੈ ਤੇ ਇਹ ਨੂੰ ਮੈਂ ਪਟੇ ਸਾਂ ਇਹ ਆਂਬ ਹੈ ਇਹ ਕੋ ਬੈ ਉੱਤੇ ਚੜ ਕੇ ਚਾੜ ਕੇ ਪਟੇ ਸਾਂ ਤੇ ਕਾਟ ਕੇ ਖਾਉਣੀ ਹੈ ਅਜਾ ਆਂਬਸਾ ਖਾਉਂ ਜਾਂ ਨਾ ਖਾਉਂ ਬਾਕੀ ਪਰਿੰਦੇ ਬਹੁ ਖਾਣਨ ਇਹਦੇ ਤੇ ਇਹ ਟੁੱਕੇ ਪੈਨ ਅੰਬ ਤੇ ਪਰਿੰਦੇ ਬੜੇ ਸ਼ੋਕ ਨਾਲ ਖਾਣੇ ਤੇ ਬਹੁ ਖਾਣ ਜੋ ਜੀ ਨੇ ਨਸੀਬ ਵਿੱਚ ਉਹ ਖਾਉਣਾ ਹੈ ਦਾਣੇ ਦਾਣੇ ਤੇ ਲਿਖਾ ਹੋਤਾ ਹੈ ਖਾਣੇ ਵਾਲੇ ਦਾ ਨਾਮ ਇਹ ਖਾ ਇਹ ਪਰਿੰਦੇ ਖਾ ਗਨ ਅੱਲਾ ਪਾਕ ਜੀ ਨੇ ਨਸੀਬ ਬੜਾ ਹੈ ਉਹ ਖਾਉਣਾ ਹੈ ਹੁਣ ਜੇਕਰ ਜਿਹੜੀ ਮੈਂ ਪਟਣੀ ਅੰਬਲੀ ਮੇਰੇ ਨਸੀਬ ਵਿੱਚ ਹੋਸੀ ਤੇ ਮੈਂ ਬਲਕੇ ਇਹ ਮੇ ਕੋਈ ਦੂਤਰੇ ਅੰਬਲੀਆਂ ਨਜ਼ਰ ਆ ਗਨ ਉਹ ਹੀ ਪੱਕੀਆਂ ਗਣੀਆਂ ਇਹ ਮੈਂ ਤਰਲੇ ਦੇ ਦਾ ਖਨਾਮ ਉਤੂ ਬੀਆ ਨਜ਼ਰ ਆ ਗਨ ਮੇ ਕੋਮਪੇ ਪੱਕੀਆਂ ਤੇ ਇਨੇ ਕੋ ਵਾਲ ਬਏ ਪਟੇ ਦਾ ਬੀ ਇੱਕ ਐਮਬਲੀ ਏ ਤੇ ਬਈ ਹੰਬਲੀ ਖੜੀ ਏ ਇਹ ਪੱਕੀ ਖੜੀ ਏ ਇਹ ਕੋਈ ਪਟੇ ਦਾ ਬੀ ਤਰੇ ਐਮਬਲਿਆ ਮੇ ਕੋ ਨਜ਼ਰ ਆ ਗਨ ਤੇ ਮੈਂ ਤਰੀ ਹੂ ਕੋ ਬਡੇ ਸਾ ਉਤੇ ਅੱਲਾ ਕਰੈ ਸੀ ਵੇ ਸਾ ਉਤੂ ਕੋਈ ਬੀਆ ਵੀ ਨਜ਼ਰ ਆਵੇ ਸਨ ਮੇਰੇ ਹੱਥੇ ਚ ਮੋਬਾਈਲ ਏ ਤੇ ਮੈਂ ਉਤੇ ਚੜਦਾ ਬੀ ਗਰਮੀ ਇਤਨਾ ਏ ਮੇਰੇ ਚੜਹਣ ਕੋਲੋਂ ਪਹਿਲੇ ਪਸੀਨਾ ਆ ਗਿਆ ਅਲੀਆਮ ਤੇ ਚੜੜਾ ਚੜ੍ਹਿਆ ਗਿਆ ਨਹੀਂ ਤੇ ਪਹਿਲੇ ਪਸੀਨਾ ਆ ਗਿਆ ਤੇ ਬਾਅਦ ਮੈਂ ਉੱਤੇ ਚੜ ਗਿਆ ਉਹ ਪਟਣਾ ਲਾਜ਼ਮੀ ਹੈ ਛੁੜੇਂਦਾ ਨਹੀਂ ਮੈਂ ਓਏ ਹੋਏ ਹੋਏ ਏ ਏ ਏ ਏ ਏ ਅੰਬਲਈ ਆਈ ਪੱਕੇ ਹਾ ਹਾ ਕਿ ਉੱਤੇ ਖੜਿਆ ਬੀ ਆ ਵੀ ਖੜਿਆ ਨਾ ਤੈਨੰਗ ਮੈਂ ਫਾਟ ਕੇ ਖਾਸਾ ਜੈ ਜੈ ਖਾਮੜੇ ਉਹ ਕਮੈਂਟ ਸੇ ਦੱਸੇ ਕਿਹਨ ਖਾਮੜੇ ਉਹ ਤੋਂ ਮੈਂ ਦੇ ਜੇ ਸਾਂ ਇਹ ਚੈੱਕ ਕਰੋ ਉਹ ਤਾਜ਼ੀ ਅੰਬਲੇ ਜਿਹੜੇ ਫਰੈਸ਼ ਹੋ ਤੋ ਪੱਟੋ ਨਾ ਉਹਦੀ ਖੁਸ਼ਬੂ ਵੀ ਅਲੱਗ ਹੁੰਦੀ ਹੈ ਬੜੀ ਖੁਸ਼ਬੂ ਸੋਹਣੀ ਇਤਨਾ ਪਿਆਰੀ ਖੁਸ਼ਬੂ ਹੈ ਨਾ ਆਮ ਵੈਸੇ ਵੀ ਹੈ ਸਮਝੋ ਕਿ ਇਹ ਆਮ ਦੇ ਵੈਸੇ ਖੁਸ਼ਬੂ ਬਹੁਤ ਜ਼ਿਆਦਾ ਹੈ ਆਸਾਮ ਜਿਤਨਾ ਲਾਇਆ ਹੋਇਆ ਹੈ ਨਾ ਬੜੇ ਅੱਛੇ ਵੈਰਾਈਟੀ ਦੇ ਆਮ ਲਾਇਆ ਇਹਨਾਂ ਖਾਣ ਦਾ ਮਜ਼ਾ ਵੀ ਅਲੱਗ ਹੁੰਦਾ ਹੈ ਮੈਂ ਇੱਕ ਦੋ ਟੋਟਾ ਛੋਟਾ ਗਾਇਨ ਕਿਉਂ ਪੈਂਡੂ ਜੋ ਹੈ ਤੇ ਬਰਦਾਸ਼ਤ ਨਹੀਂ થઈ ਇਤਨਾ ਇੱਕ ਟਾਈਮ ਮੇਰੇ ਕੋਲ ਆ ਨਹੀਂ ਕੁਆਈਆਂ ਦੋ ਕੇ ਖਾ ਕੇ ਨਾ ਬੜਾ ਇੰਨਾ ਟੈਸਟ ਕਰੇ ਸਭ ਇੱਕ ਹੀ ਵੈ ਬਿਲਕੁਲ ਪੱਕੀ ਅਮਲੀ ਤਜਰਬਾ ਦੀ ਆਗੜੇ ਬਈ ਕਿਹੜੀ ਅੰਬਲੀ ਪੱਕੀ ਦੂਰੋਂ ਪਤਾ ਲੱਗ ਜਾਂਦਾ ਕਿਹੜੀ ਅੰਬਲੀ ਪੱਕੀ ਹੈ ਕਿਹੜੀ ਕੱਚੀ ਹੈ ਦੇਖ ਕੇ ਬਰਲ ਇਹਨਾਂ ਦਾ ਕਲਰ ਦਾ ਕੋਈ ਖਾਸ ਫਰਕ ਕਹਿ ਨਹੀਂ ਹੁੰਦਾ ਕਿ ਬਈ ਤੋ ਕੋ ਮੈਂ ਦਿਖਾਵਾਂ ਕੱਚੀ ਤੇ ਪੱਕੀ ਦਾ ਕਿੰਨਾ ਫਰਕ ਹੁੰਦਾ ਇਹ ਕੱਚੀ ਅੰਬਲੀ ਹੈ ਇਹ ਪੱਕੀ ਹੈ ਇਹੋ ਕੋਈ ਫਰਕ ਹੈ ਕਾਫੀ ਜ਼ਿਆਦਾ ਫਰਕ ਹੈ ਉਹ ਜ਼ਿਆਦਾ ਗ੍ਰੀਨ ਹੈ ਇਹ ਥੋੜੀ ਯੈਲੋ ਕਲਰ ਦੀ ਹੈ ਆਮ ਤੇ ਚੜਿਆ ਚੜ ਕੇ ਅੰਬਲਿਆ ਪੱਟੇਮ ਪਸੀਨਾ ਰੁਕਦਾ ਹੀ ਨਹੀਂ ਅੰਬਲਿਆ ਕੋਈ ਇੱਥੇ ਇੱਕ ਦਿਖਾ ਦिए ਉਦੋਂ ਬਾਅਦ ਵੀ ਅੰਬਲਿਆ ਰੱਖਦੇ ਤੇ ਉਹਨੂੰ ਚਾਹੀਦਾ ਸੰਗਰ ਉੱਤ ਗਰਦ ਹੋ ਗਏ ਨੇ ਉਹ ਖਾਦੂ ਤੇ ਕਈ ਬਈ ਕੋ ਨਾ ਹੋਵਨ ਕਈ ਬਈ ਦੇ ਆਂਬ ਨਾ ਮੈਨ ਮੇਰੇ ਕੋਲ ਮਾਸ਼ੱਲਾ ਕਾਫੀ ਸਾਰੇ ਆਂਬ ਮੈਨ ਕਾਫੀ ਸਾਰੇ ਬੂਟੇ ਨੇ ਸਾਰੇ ਉਹ ਪਿੱਛੇ ਨਜ਼ਰਾਂ ਦੇ ਖੜੇ ਟੋਟਲੀਏ ਇਹ ਖੜਨੀਆਂ ਤੋਂ ਬਾਅਦ ਅੱਗਾ ਸਾਰੇ ਆਂਬ ਖੜਨ ਠੀਕ ਹੈ ਕਈ ਬਾਈ ਕੋਲ ਨਾ ਹੋਵੇ ਨੰਬ ਤਾਬੇਦਾਰ ਕੋਈ ਟੈਨਸ਼ਨ ਨਹੀਂ ਕਹਿਆ ਨੇ ਆਂਬ ਬੜੇ ਬਿਸਮਿਲ੍ਲਾ ਆਵੇ ਜਿਸ ਟਾਈਮ ਦਿਲ ਕਰੇ ਆਵੇ ਸਾਰੇ ਕੁਲ ਆਂਬ ਆ ਕੇ ਖਾਵੇ ਪਰ ਮੌਸਮ ਜੁਹਾਰ ਆਈ ਹੈ ਇਹ ਤੋਂ ਬਾਅਦ ਬਾਤ ਕਰਨ ਲੱਭਸਨ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਬਾਤ ਮਿਲਦੇ ਆ ਓਕੇ ਅਲਾ ਫੇਸ